7ਵੀਂ ਪੌੜੀ 71ਵੀਂ 77ਵੀਂ ਰਾਜ ਮਹਿਲ ਭਾਨੂੰ ਬਹਿਲ ਭਾਉ ਭਗਤ ਗੁਰਮਤਿ ਮਨ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਮਹਿਲ ਭਾਨੂੰ ਬਹਿਲ ਭਾਉ ਭਗਤ ਗੁਰਮਤਿ ਮਨ ਪਾਣੀ ਭਾਈ ਗੁਰਦਾਸ ਜੀ ਰਾਜ ਮਹਿਲ ਰਾਜ ਮਹਿਲ ਵਿੱਚ ਰਹਿਣ ਵਾਲੇ ਭਾਈ ਪੰਨੋ ਬਹਿਲ ਗੋਤ ਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਕੇ ਗੁਰਮਤਿ ਨੂੰ ਧਾਰਨ ਕਰਕੇ ਜਿਨ੍ਹਾਂ ਨੂੰ ਗੁਰੂ ਦੀ ਮੱਤ ਧਾਰਨੀ ਚੰਗੀ ਲੱਗੀ ਜਿਨ੍ਹਾਂ ਨੇ ਮਨ ਵਿੱਚ ਪਸੰਦ ਕੀਤੀ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਧਾਰ ਗੁਰਮਤ ਨੂੰ ਬਣਾਇਆ ਉਹ ਭਾਈ ਭਾਨੂ ਜੀ ਮੁਕਤ ਹੋਏ ਭਾਈ ਭਾਨੂ ਬਹਿਲ ਰਾਜ ਮਹਿਲ ਵਿੱਚ ਰਹਿੰਦਾ ਸੀ ਸ਼ਹੀਦ ਭਾਈ ਮਨੀ ਸਿੰਘ ਜੀ ਸਿੱਖਾਂ ਦੀ ਭਗਤ ਮਾਲਾ ਵਿੱਚ ਲਿਖਦੇ ਹਨ ਪਾਈ ਭਾਨੂੰ ਬਹਿਲ ਜੀ ਰਾਜ ਮਹਿਲ ਰਾਜ ਮਹਿਲ ਵਿੱਚ ਰਹਿੰਦੇ ਆ ਰਹਿੰਦੇ ਸਨ ਤੇ ਸਿੱਖਾਂ ਦੀ ਭਉ ਭਗਤ ਕਰੇ ਸਿੱਖਾਂ ਦੀ ਭਗਤੀ ਜਾਂ ਸਿੱਖਾਂ ਦੀ ਪ੍ਰੇਮਾ ਭਗਤੀ ਕਰਕੇ ਸੇਵਾ ਕਰਿਆ ਕਰਦੇ ਸਨ ਤੇ ਵਾਹਿਗੁਰੂ ਦਾ ਨਾਮ ਉਚਾਰਨ ਕਰੇ ਤੇ ਵਾਹਿਗੁਰੂ ਦਾ ਨਾਮ ਹਮੇਸ਼ਾ ਹੀ ਉਚਾਰਨ ਕਰਦੇ ਸਨ ਸਿਮਰਨ ਕਰਿਆ ਕਰਦੇ ਸਨ ਸਾਹਿਬ ਛੇਵੇਂ ਪਾਤਸ਼ਾਹ ਪਾਸੋਂ ਉਸ ਪਰਸਨ ਕੀਤਾ ਇੱਕ ਵਾਰ ਆਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਗੋਬਿੰਦ ਸੈਮਹ ਮਹਾਰਾਜ ਦੇ ਅੱਗੇ ਬੇਨਤੀ ਰੂਪ ਇੱਕ ਪਰਸ਼ਨ ਕੀਤਾ ਸੱਚੇ ਪਾਤਸ਼ਾਹ ਕਿਸੇ ਸ਼ਾਸਤਰ ਦਾ ਮਤ ਹੈ ਜੋ ਤਪ ਤੇ ਤੀਰਥ ਵਸੇਖ ਹਨ ਦੇਖੋ ਮਹਾਰਾਜ ਕਈ ਸ਼ਾਸਤਰ ਜਿਹੜੇ ਹਨ ਸ਼ਾਸਤਰ ਜਿਹੜੇ ਹਨ ਜਿਹੜੇ ਲਿਖੇ ਹੋਏ ਹਨ ਜਿਹੜੇ ਹਨ ઋષਿ ਮੁਨੀਆਂ ਨੇ ਕਹਿੰਦੇ ਉਹਨਾਂ ਵਿੱਚ ਲਿਖਿਆ ਹੋਇਆ ਕਹਿਆਂ ਵਿੱਚ ਤੇ ਤਪ ਤੇ ਤੀਰਥ ਜਿਹੜੇ ਹਨ ਇਹ ਵੱਡੇ ਹਨ ਤੇ ਉਹਨਾਂ ਵਿੱਚ ਇਹ ਲਿਖਿਆ ਤਪ ਤੇ ਤੀਰਥ ਵਸੇ ਕਹਨਮ ਕਹਿੰਦੇ ਤਪ ਤੋਂ ਤੀਰਥ ਵੱਡੇ ਹਨ ਕਿਸੇ ਸ਼ਾਸਤਰ ਦਾ ਮਤ ਹੈ ਕਿ ਯੱਗ ਤੇ ਹੋਮ ਵਸੇਖ ਹਨ ਤੇ ਕਈ ਸ਼ਾਸਤਰਾਂ ਦਾ ਇਹ ਮਤ ਬਿਲੀਫ ਹੈ ਕਿ ਯੱਗ ਨਾਲੋਂ ਹੋਮ ਕਰਨਾ ਉਹ ਵੱਡਾ ਹੈ ਕਿਸੇ ਦਾ ਮਤ ਹੈ ਵਰਤ ਅਰ ਨੇਮ ਵਸੇਖ ਹੈਨਾ ਤੇ ਕੰਨਾਂ ਦਾ ਇਹ ਹੈ ਕਿ ਵਰਤ ਤੇ ਨੇਮ ਕਰਨਾ ਇਹ ਵੱਡਾ ਹੈ ਇਹੀ ਕਰਨਾ ਚਾਹੀਦਾ ਹੈ ਜੋ ਵਰਤ ਰੱਖਣਾ ਫਾਸਟ ਰੱਖਣੇ ਜੋ ਨਾਮ ਕਰਨਾ ਰੂਟੀਨ ਰੱਖਣੀ ਇਹੀ ਵੱਡਾ ਹੈ ਕਿਸੇ ਨੇ ਗਿਆਨ ਅਰ ਧਿਆਨ ਵੇਖ કહਿਆ ਹੈ ਕਈਆਂ ਨੇ ਗਿਆਨ ਤੇ ਧਿਆਨ ਇਹ ਦੋ ਚੀਜ਼ਾਂ ਨੂੰ ਪਹਿਲ ਦਿੱਤੀ ਹੈ ਵੀ ਇਹੀ ਵੱਡੇ ਹਨ ਤੇ ਸਾਹਿਬ ਦੇ ਆ ਬਚਨਾਂ ਵਿੱਚ ਨਾਮ ਦੇ ਸਮਾਨ ਹੋਰ ਵਸਤ ਕੋਈ ਨਹੀਂ ਮਹਾਰਾਜ ਭਾਜ ਜਦੋਂ ਅਸੀਂ ਗੁਰਮਤ ਪੜ੍ਹਦੇ ਹਾਂ ਗੁਰੂ ਮਹਾਰਾਜ ਆਪ ਜੀ ਦੇ ਬਚਨ ਸੁਣਦੇ ਹਾਂ ਬਾਣੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਨਾਮ ਤੋਂ ਵੱਡਾ ਕੁਝ ਵੀ ਨਹੀਂ ਹੈ ਇਹ ਤਾਂ ਸਾਰੇ ਸ਼ਾਸਤਰਾਂ ਨੇ ਦੇਖੋ ਕਿੰਨੀਆਂ ਗੱਲਾਂ ਲਿਖੀਆਂ ਨੇ ਵੀ ਇਹ ਵੱਡਾ ਉਹ ਵੱਡਾ ਪਰ ਮਹਾਰਾਜ ਬਾਣੀ 'ਚ ਤਾਂ ਸਿਰਫ ਨਾਮ ਹੀ ਹੈ ਆਪ ਜਿਹਨੇ ਨਾਮ ਦਿਓ ਮਹਮਾਦ ਅਸੀ ਹੈ ਵੀ ਸਭ ਤੋਂ ਵੱਡਾ ਨਾਮ ਪਰਮੇਸ਼ਰ ਦਾ ਹੈ ਤਾਂ ਤੇ ਐਸਾ ਕੋਈ ਪਰਮਾਨ ਹੋਵੇ ਜੋ ਸਭ ਸੇ ਨੂੰ ਪ੍ਰਤੀਤ ਆ ਜਾਵੇ ਮਹਾਰਾਜ ਕੋਈ ਐਸਾ ਪਰਮਾਨ ਹੈ ਕੋਈ ਐਸਾ ਜਿਹੜਾ ਕੋਈ ਬਚਨ ਹੈ ਕੋਈ ਐਸਾ ਕੋਈ ਐਗਜ਼ਾਮਪਲ ਹੈ ਐਸਾ ਕੋਈ ਜਿਹੜਾ ਹੈ ਜਿਹੜਾ ਹੈ ਨੀਜ਼ਨ ਹੈ ਜਾਂ ਐਸਾ ਕੋਈ ਐਕਸਪਲੇਨੇਸ਼ਨ ਹੈ ਜਿਤੇ ਕਰਕੇ ਸਾਰਿਆਂ ਨੂੰ ਇਹ ਗੱਲ ਤੇ ਭਰੋਸਾ ਆ ਜਾਵੇ ਵੀ ਨਾਮ ਹੀ ਸਭ ਤੋਂ ਉੱਤਮ ਹੈ ਬਾਕੀ ਤਾਂ ਸਭ ਕੁਝ ਇਹ ਜਿਹੜਾ ਹੈ ਆਉਣਾ ਜਾਣਾ ਜਾਈ ਹੈ ਇਹਦਾ ਬਹੁਤਾ ਫਾਇਦਾ ਨਹੀਂ ਜੋ ਇਸ ਕਰਕੇ ਇਹ ਸਿੱਖ ਪੁੱਛਦਾ ਹੈ ਮਹਾਰਾਜ ਨੂੰ ਕਿ ਨਾਮ ਬਾਰੇ ਦੱਸੋ ਜੀ ਤੁਸੀਂ ਕਹਿੰਦੇ ਨਾਮ ਸਭ ਤੋਂ ਵੱਡਾ ਹੈ ਤਾਂ ਉਹਦਾ ਪ੍ਰਮਾਣ ਵੀ ਦਿਓ ਉਹਨੂੰ ਪ੍ਰੂਫ ਵੀ ਕਰਕੇ ਦੱਸੋ ਬਚਨ ਹੋਇਆ ਜਿਸ ਸਮੇਂ ਬ੍ਰਹਮੇ ਨੇ ਜਾਗ ਰਚਿਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕਹਿੰਦੇ ਜਿਸ ਵੇਲੇ ਬਰਮਾ ਜੋ ਕ੍ਰਿਏਟਰ ਹੈ ਉਹਨੇ ਜਦੋਂ ਪਰਮਾਤਮਾ ਦਾ ਹੁਕਮ ਪਾ ਕੇ ਜੋ ਸੰਸਾਰ ਦੀ ਰਚਨਾ ਕੀਤੀ ਸਭ ਦੇਵੀ ਦੇਵਤੇ ਰਿਸ਼ੀਸਰ ਮੁਨੀਸਰ ਸਭ ਆਣ ਇਕੱਠੇ ਹੋਏ ਤਾਂ ਉਸ ਵੇਲੇ ਸਾਰੀ ਦੇਵੀ ਦੇਵਤੇ ਰਿਸ਼ੀ ਮੁਨੀ ਸਾਰੇ ਇਕੱਠੇ ਹੋ ਗਏ ਆ ਕੇ ਤਾਂ ਬ੍ਰਹਮ ਨੇ ਵਿਸ਼ਨ ਦੇਵ ਕੋ ਕਹਿਆ ਤਾਂ ਉਸ ਵੇਲੇ ਬ੍ਰਹਮਾ ਨੇ ਵਿਸ਼ਨ ਦੇਵ ਜੋ ਵਿਸ਼ਨੂ ਹੈ ਉਸ ਨੂੰ ਕਿਹਾ ਪ੍ਰਥਮੇ ਪੂਜਾ ਕਿਸ ਕੀ ਕਰੀਏ ਕਹ ਲਗੇ ਹੁਣ ਪੂਜਾ ਕਿਸ ਦੀ ਕਰੀਏ ਕੀ ਦੀ ਪੂਜਾ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਦੇਵਤੇ ਆ ਗਏ ਨਾ ਲੋਕ ਤਾਂ ਦੇਵਤਿਆਂ ਦੀ ਪੂਜਾ ਕਰਦੇ ਨੇ ਹੁਣ ਦੇਵਤੇ ਪੁੱਛਣ ਲੱਗੇ ਹੁਣ ਜਿਹੜਾ ਹੈ ਵੀ ਅਸੀਂ ਕੀ ਦੀ ਪੂਜਾ ਕਰੀਏ ਹੁਣ ਅਸੀਂ ਕੀ ਦੀ ਪ੍ਰਾਰਥਨਾ ਕਰੀਏ ਤਾਂ ਮਹਾਰਾਜ ਨੇ ਕਹਿਆ ਸਾਰੇ ਵਿਰਾਟ ਕਾ ਪਰਦਖਣਾ ਦੇ ਕੇ ਤਾਂ ਉਸ ਵੇਲੇ ਕਹਿੰਦੇ ਉਸ ਵੇਲੇ ਵਿਸ਼ਨੂੰ ਨੇ ਕਿਹਾ ਕਹਿੰਦਾ ਵੀ ਸਾਰੇ ਜਿਹੜੇ ਆਪਾਂ ਹੈਗੇ ਹਾਂ ਆਪਾਂ ਪਰਮਾਤਮਾ ਦਾ ਵਿਰਾਟ ਰੂਪ ਵਿਰਾਟ ਰੂਪ ਹੁੰਦਾ ਹੈ ਵੀ ਪਰਮਾਤਮਾ ਦੀ ਕ੍ਰिएशन ਜਿਹੜੀ ਹੈ ਉਸ ਨੂੰ ਹੀ ਪਰਮਾਤਮਾ ਦਾ ਰੂਪ ਸਮਝਾ ਸੋ ਜਿਵੇਂ ਜਿਹੜਾ ਹੈ ਇਹਦੇ ਬਾਰੇ ਐਗਜ਼ਾਮਪਲ ਇਹ ਆਉਂਦਾ ਜਿਵੇਂ ਚੰਦਰ ਚੰਦਰਮਾ ਜਿਹੜਾ ਮੂਨ ਹੈ ਤੇ ਸਨ ਅੱਖਾਂ ਨੇ ਦੋ ਜੇ ਉਹਨੂੰ ਵਿਰਾਟ ਰੂਪ ਇੱਕ ਹਿਊਮਨ ਦਾ ਰੂਪ ਦੇਣਾ ਹੈ ਤਾਂ ਇਸ ਤਰ੍ਹਾਂ ਬਣਦਾ ਹੈ ਸੋ ਜਿਹੜੇ ਸਾਰੇ ਬਨਸਪਤੀ ਹੈ ਟਰੀਸ ਹਨ ਉਹਨਾਂ ਦੇ ਰੂਪ ਹਨ ਇਸ ਤਰ੍ਹਾਂ ਕਰਕੇ ਉਹ ਸਾਰੀ ਵਿਰਾਟ ਸਰੂਪ ਹੈ ਪਰ ਜਿਹੜਾ ਵਿਰਾਟ ਸਰੂਪ ਹੈ ਇਹ ਸਾਰਾ ਬ੍ਰਹਿਮੰਡ ਸਾਰੀ ਗੈਲੈਕਸੀਆਂ ਹਨ ਸੋ ਸਾਰਾ ਇਹ ਜਿਹੜਾ ਬ੍ਰਹਿਮੰਡ ਪ੍ਰਮਾਤਮਾ ਨੇ ਬਣਾਇਆ ਇਹੀ ਉਹਦਾ ਸਰੂਪ ਹੈ ਸੋ ਇਹ ਸਾਰੇ ਨੂੰ ਇਕੱਠੇ ਕਰਕੇ ਜਿਹੜਾ ਹੈ ਟਰਾਂਸਫਾਰਮ ਇਟ ਇਨਟੂ ਅ ਫਾਰਮ ਸੋ ਉਹਨੂੰ ਕਹਿੰਦੇ ਆ ਵਿਰਾਟ ਸਰੂਪ ਸੋ ਉਸ ਵੇਲੇ ਵਿਸ਼ਨੂੰ ਕਹਿੰਦਾ ਆਪਾਂ ਇਹ ਸਾਰੇ ਵਿਰਾਟ ਸਰੂਪ ਦਾ ਜਾ ਕੇ ਇੱਕ ਚੱਕਰ ਕੱਢੀਏ ਸਾਰਾ ਉਹਦੀ ਪ੍ਰਕਰਮਾ ਕਰੀਏ ਜੋ ਪ੍ਰਥਮੇ ਆਵੇ ਉਸकी पूजा प्रथमे करिए ਕਿਨ ਕਿ ਜਿਹੜਾ ਕੋਈ ਪਹਿਲਾਂ ਪਹੁੰਚ ਜਾਵੇ ਜਿਨੇ ਪਹਿਲਾਂ ਇਹ ਸਰਕਲ ਮਕਾ ਲਿਆ ਜਿਨੇ ਪਹਿਲਾਂ ਇਹ ਜਿਹੜਾ ਹੈ ਪ੍ਰਕਰਮਾ ਕਰ ਲਈ ਆਪਾਂ ਉਹਦੀ ਪੂਜਾ ਪਹਿਲਾਂ ਕਰਿਆ ਕਰਾਂਗੇ ਉਹ ਦੇਵਤੇ ਦੀ ਤਾਂ ਸਭੇ ਦੇਵਤੇ ਆਪੋ ਆਪਣੇ ਵਾਹਨਾ ਤੇ ਚੜ ਕੇ ਵਿਰਾਠ ਦੇ ਪਰਦਖਣੇ ਕੋ ਗਏ ਸੋ ਇਸ ਤਰ੍ਹਾਂ ਕਰਕੇ ਸਾਰੇ ਦੇਵਤੇ ਆਪਣੇ ਆਪਣੇ ਵਾਹਨਾ ਤੇ ਚੜ ਗਏ ਜਿਵੇਂ ਕਿ ਜਿਹੜਾ ਵਿਸ਼ਨੂੰ ਗਰੂੜਾ ਤੇ ਚੜਦਾ ਹੈ ਹਾਂਜੀ ਸੋ ਅੱਡ ਅੱਡ ਦੇਵਤਿਆਂ ਦੇ ਅੱਡ ਅੱਡ ਸਵਾਰੀਆਂ ਨੇ ਸਾਰਿਆਂ ਨੇ ਆਪਣੇ ਸਵਾਰੀਆਂ ਤੇ ਚੜ ਕੇ ਜੀ ਉਪਰ ਕਰਮਾ ਕਰਨੀ ਚਾਹੀ ਜਾਂ ਕੇ ਹਰ ਗਣੇਸ਼ ਜੀ ਦਾ ਵਾਹਨ ਚੂਹਾ ਹੈ ਤੋ ਦੇਖੋ ਜਿਹੜਾ ਗਣੇਸ਼ ਹੈ ਨਾ ਕਹਿੰਦਾ ਇਹਦਾ ਜਿਹੜਾ ਵਾਹਨ ਆ ਨਾ ਇਹਦੀ ਜਿਹੜੀ ਸਵਾਰੀ ਚੂਹਾ ਹੈ ਇੱਕ ਚੂਹਾ ਇੱਕ ਰੱਤੇ ਚੜਕੇ ਜਾਂਦਾ ਏ ਜੇ ਜਿਹੜਾ ਗਣੇਸ਼ ਹੈ ਅਰ ਹਾਥੀ ਕਾ ਸੀਸ ਚਤੁਰਪੂਜਾ ਅਰ ਭਾਰਾ ਸਰੀਰ ਸੋ ਬੈਠਾ ਹੈ ਰਹਿਆ ਕਹਿੰਦੇ ਮਹਾਰਾਜ ਦੇਖੋ ਕਹਿੰਦੇ ਉਹ ਵਿਚਾਰਾ ਗਣੇਸ਼ ਕਹਿੰਦਾ ਉਹਦਾ ਉਹਦਾ ਸਿਰ ਜਿਹੜਾ ਹਾਥੀ ਦਾ ਹੈ ਹਾਥੀ ਦਾ ਸਿਰ ਲਾਇਆ ਹੋਇਆ ਵਿਚਾਰੇ ਦੇ ਕਹਿੰਦੇ ਉਹਦੀਆਂ ਫੇ ਬਾਹਾਂ ਵੀ ਚਾਰ ਲਾਤੀਆਂ ਚਾਰ ਬਾਹਾਂ ਨੇ ਉਹਦੇ ਵਿਚਾਰੇ ਦੀਆਂ ਕਿ ਇਹਨਾਂ ਲੋਕਾਂ ਦਾ ਸਰੀਰ ਵੀ ਭਾਰਾ ਹੈ ਜਿੱਥੇ ਵੀ ਤੁਸੀਂ ਗਣੇਸ਼ ਦਾ ਫੋਟੋ ਦੇਖਿਆ ਮੋਟੂ ਜਾ ਹੈ ਸੋ ਕਹਿੰਦੇ ਉਹਦਾ ਸਰੀਰ ਵੀ ਭਾਰਾ ਹੈ ਉਤੋਂ ਸ਼ੇਰ ਦਾ ਸਿਰ ਲਾਤਾ ਹੋਰ ਭਾਰਾ ਹੋ ਗਿਆ ਚਾਰ ਬਾਹਾਂ ਲਾਤੀਆਂ ਸੋ ਇਸ ਕਰਕੇ ਉਹਦਾ ਸਰੀਰ ਬਹੁਤ ਭਾਰਾ ਹੋ ਗਿਆ ਓਵਰ weight ਹੋ ਗਿਆ ਜੀ ਸੋ ਬੈਠਾ ਰਹਿਆ ਸੋ ਜਿਹੜਾ ਹੈ ਕਹਿੰਦੇ ਉਹ ਜਿਹੜਾ ਹੈ ਬੈਠਾ ਰਹਿਆ ਉਹਨੂੰ ਤਾਂ ਆਸ ਨਹੀਂ ਸੀ ਵੀ ਜੇ ਇਹ ਰੇਸ ਲੱਗੀ ਲੋਕਾਂ ਨੇ ਤਾਂ ਪਹਿਲਾਂ ਆ ਜਾਣਾ ਉਹਨਾਂ ਤਾਂ ਵਾਹਗੀਆਂ ਤਾਂ ਚੰਗੀਆਂ ਤੋਂ ਚੰਗੀਆਂ ਨੇ ਕਹਿੰਦਾ ਮੇਰਾ ਇੱਥੇ ਚੂਹਾ ਹੈ ਮੈਂ ਕਿਵੇਂ ਇਹ ਸਾਰਾ ਪੂਰਾ ਕਰਾਂਗਾ ਤਾਂ ਉਸਨੇ ਰਾਰਾ ਮੰਮਾ ਦੋਵੇਂ ਆਰਾਮ ਲਿਖ ਕੇ ਤੇ ਉਹਨੇ ਕੀ ਕੀਤਾ ਨਾ ਗਣੇਸ਼ ਨੇ ਉਹਨੇ ਰਾਰਾ ਲਿਖਤਾ ਮੰਮਾ ਲਿਖਤਾ ਬਣ ਗਿਆ ਆਰਾਮ ਉਹਨੇ ਆਰਾਮ ਲਿਖ ਕੇ ਇੱਕ ਕਾਗਜ਼ ਦੇ ਉੱਤੇ ਲਿਖ ਕੇ ਕੀ ਕੀਤਾ ਕਹਿੰਦੇ ਲਿਖ ਕੇ ਅੱਖਰ ਲਿਖ ਕੇ ਚੂਹੇ ਉੱਤੇ ਚੜ੍ਹ ਤਿੰਨ ਵਈ ਪਰ ਦੱਖਣਾ ਕਰਕੇ ਮਹਾਰਾਜ ਦੇ ਅੱਗੇ ਆਣ ਮੱਥਾ ਟੇਕਿਆ ਕੀ ਹੋਇਆ ਜੀ ਉਹਨੇ ਰਾਰਾ ਮੰਮਾ ਲਿਖ ਕੇ ਆਰਾਮ ਲਿਖ ਕੇ ਚੂਹੇ ਨੂੰ ਕਿਹਾ ਹੁਣ ਆਪਾਂ ਚੂਹੇ ਤੇ ਬਹਿ ਗਿਆ ਉਹ ਚੂਹੇ ਨੂੰ ਉੱਤੇ ਬਹਿ ਕੇ ਉਹਨੇ ਤਿੰਨ ਵਾਰੀ ਉਹਦੀ ਸਕਲੇਸ਼ਨ ਕਰ ਲਈਆਂ ਤਿੰਨ ਵਾਰੀ ਉਹਦੇ ਪੈਰੀਮਿਟਾਂ ਤੇ ਆਪਣੇ ਆਪ ਨੂੰ ਕਮਾ ਲਿਆ ਉਹਦੀਆਂ ਤਿੰਨ ਪਰ ਦਖਣਾ ਕਰਕੇ ਉਹ ਕਹਿੰਦੇ ਸੀ ਨਾ ਵੀ ਆਪਾਂ ਪ੍ਰਕਰਮਾਂ ਕਰਨੀਆਂ ਨੇ ਵਿਰਾਟ ਰੂਪ ਦੀਆਂ ਉਹਨੇ ਰਾਮ ਨਾਮ ਲਿਖ ਕੇ ਉਹਦੀਆਂ ਤਿੰਨ ਪ੍ਰਕਰਮਾਂ ਕਰਕੇ ਜਾ ਕੇ ਉੱਥੇ ਬਹਿ ਗਿਆ ਰੱਬ ਦੇ ਕੋਲ ਕਹਿੰਦਾ ਮੇਰੀ ਹੋ ਗਿਆ ਜੀ ਕੰਮ ਆਈਵ ਕੰਪਲੀਟਡ ਮਾਈ ਸਰਕਲ ਹਾਂਜੀ। ਤਾਂ ਮਹਾਰਾਜ ਨੇ ਆਪਣੇ ਸਿੰਘਾਸਨ 'ਤੇ ਨਿਖਟ ਉਸ ਨੂੰ ਬਿਠਾ ਲਿਆ। ਦੇਵ ਮਹਾਰਾਜ ਨੇ ਕਹਿੰਦੇ ਆਪਣੇ ਕੋਲ ਬਿਠਾ ਲਿਆ। ਚੱਲ ਤੂੰ ਪਹਿਲਾਂ ਆਇਆ ਤਾਂ ਉੱਥੇ ਬਹਿ ਜਾ ਤੂੰ। ਦ ਫਸਟ ਵਨ ਟੂ ਕਮ। ਤੂੰ ਨੰਬਰ 1 ਹੈ। ਹਾਂਜੀ। ਜਦੋਂ ਸਭ ਹੀ ਦੇਵਤੇ ਪਰ ਦੱਖਣਾ ਕਰਕੇ ਆਏ ਤਾਂ ਉਹਨਾਂ ਨੇ ਪੁੱਛਿਆ ਪ੍ਰਥਮੇ ਕੌਣ ਆਇਆ ਹੈ? ਤੇ ਜਦੋਂ ਦੇਵਤੇ ਸਾਰੀ ਪ੍ਰਦੱਖਣਾ ਕਰਕੇ ਆਏ ਜੀ ਸਾਰੇ ਬ੍ਰਹਮੰਡ ਵਿਰਾਟ ਸਰੂਪ ਦਾ ਸਾਰਾ ਚੱਕਰ ਲਾ ਕੇ ਆਏ ਵੱਡਾ ਸਾਰਾ ਤੇ ਲਾ ਕੇ ਆ ਕੇ ਪੁੱਛਣ ਲੱਗੇ ਕਹਿੰਦੇ ਵੀ ਪਹਿਲਾ ਕੌਣ ਆਇਆ? ਹੂ ਇਜ਼ ਦ ਫਸਟ? ਕਿਹੜਾ ਪਹਿਲਾਂ ਪਹੁੰਚਿਆ ਹੈ ਤਾਂ ਮਹਾਰਾਜ ਨੇ ਕਹਿਆ ਪ੍ਰਥਮੇ ਤੋਂ ਸਬਣਾਤੇ ਗਣੇਸ਼ ਜੀ ਆਏ ਹਨ ਮਹਾਰਾਜ ਨੇ ਕਿਹਾ ਇਹ ਗਣੇਸ਼ ਆ ਜਿਹੜਾ ਪਹਿਲਾਂ ਪਹੁੰਚਿਆ ਹੈ ਇਹ ਨੰਬਰ 1 ਹੈ ਇਹ ਪਹਿਲਾਂ ਆ ਗਿਆ ਜੀ ਜੋ ਗਣੇਸ਼ ਜੀ ਨੇ ਨਾਮ ਅਰ ਨਾਮੀ ਕੋ અપੇਧ ਜਾਤਾ ਹੈ ਕਿਉਂ ਕਹਿੰਦੇ ਕਿਉਂ ਐਕਸੈਪਟ ਕੀਤਾ ਉਸ ਦਾ ਕਹਿੰਦੇ ਕਿਉਂਕਿ ਇਹਨੇ ਨਾਮ ਤੇ ਨਾਮੀ ਨੂੰ ਇੱਕ ਵੈਸਾ ਜਾਣਿਆ ਉਹ ਕਹਿੰਦੇ ਇਸ ਨਾ ਵਿਰਾਜ ਸਰੂਪ ਪਰਮਾਤਮਾ ਦੀ ਪਰਦਖਣਾ ਕਰਨੀ ਹੈ ਕਹਿੰਦੇ ਇਹਨੇ ਨਾਮ ਲਿਖ ਕੇ ਨਾਮ ਨੂੰ ਹੀ ਪਰਮਾਤਮਾ ਜਾਣਿਆ ਤੇ ਇਸ ਕਰਕੇ ਕਹਿੰਦੇ ਪਹਿਲਾ ਆ ਗਿਆ ਕਿਉਂਕਿ ਇਹਨੇ ਨਾਮ ਤੇ ਨਾਮੀ ਨਾਮ ਤੇ ਨਾਮੀ ਜਿਹਦਾ ਨਾਮ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਸੋ ਇਸ ਕਰਕੇ ਇਹਦੀ ਜਿਹੜੀ ਕੀਤੀ ਹੋਈ ਪ੍ਰਕਰਮਾ ਵੀ ਸਾਨੂੰ ਮਨਜ਼ੂਰ ਹੈ ਸੋ ਇਸ ਕਰਕੇ ਜੋ ਨਾਮ ਅਰ ਨਾਮੀ ਕੋ ਅਪੇਤ ਜਾਣ ਕਰ ਜਪਦੇ ਹੈ ਸੋ ਸਾਰੇ ਜਗਤ ਮਹਿ ਪੂਜਨੀ ਬਹੋਤੇ ਹੈ ਹਾਂ ਦੇਖੋ ਜੋ ਕੇ ਪਰਮਾਤਮਾ ਦਾ ਨਾਮ ਜਪਦੇ ਹਨ ਨਾ ਪਰਮਾਤਮਾ ਦਾ ਨਾਮ ਹੀ ਪਰਮਾਤਮਾ ਨੂੰ ਜਾਣਦੇ ਨੇ ਪਰਮਾਤਮਾ ਦਾ ਨਾਮ ਦੇ ਵਿੱਚ ਹੀ ਨਾਮੀ ਨੂੰ ਜਾਣਦੇ ਨੇ ਵੀ ਵਾਹਿਗੁਰੂ ਦੇ ਕਹਿਣ ਵਿੱਚ ਹੀ ਵਾਹਿਗੁਰੂ ਹੈ ਜੋ ਐਸੀ ਭਾਵਨਾ ਨਾ ਕਰਦੇ ਹਨ ਕਹਿੰਦੇ ਦੁਨੀਆ ਉਹਨਾਂ ਦੀ ਪੂਜਾ ਕਰਦੀ ਹੈ ਜਿਵੇਂ ਗਣੇਸ਼ ਦੀ ਹੁਣ ਪੂਜਾ ਹਰ ਕੋਈ ਕਰਦਾ ਹੈ ਕੋਈ ਵੀ ਜਿਹੜਾ ਗ੍ਰੰਥ ਲਿਖਣਾ ਹੋਵੇ ਪਹਿਲਾਂ ਗਣੇਸ਼ ਦੀ ਪੂਜਾ ਕਰਦੇ ਨੇ ਕੋਈ ਵੀ ਕਾਰਜ ਕਰਨਾ ਹੋਵੇ ਉਹ ਗਣੇਸ਼ ਦੀ ਪੂਜਾ ਪਹਿਲਾਂ ਲੋਕ ਕਰਦੇ ਨੇ ਸੋ ਕਹਿੰਦੇ ਗਣੇਸ਼ ਨੂੰ ਅੱਗੇ ਰੱਖਿਆ ਕਿਸ ਕਰਕੇ ਕਿਉਂਕਿ ਉਹਨੇ ਨਾਮ ਤੇ ਨਾਮੇ ਵਿੱਚ ਫਰਕ ਨਹੀਂ ਸਮਝਿਆ ਇਸ ਕਰਕੇ ਜਿਹੜੇ ਵੀ ਇਨਸਾਨ ਜਿਹੜੇ ਵੀ ਗਿਆਨੀ ਪੁਰਸ਼ ਨਾਮ ਤੇ ਨਾਮੇ ਵਿੱਚ ਕੋਈ ਫਰਕ ਨਾ ਸਮਝਣ ਤੇ ਨਾਮ ਨੂੰ ਹੀ ਪਰਮਾਤਮਾ ਸਮਝਣ ਕਹਿੰਦੇ ਉਹਨਾਂ ਦੀ ਪੂਜਾ ਦੁਨੀਆ ਕਰਦੀ ਹੈ ਫਿਰ ਸਵਈਆ ਗਿਆਨਨ ਗਿਆਨ ਲਿਓ ਧਿਆਨਨ ਧਿਆਨ ਜੋਗੀਸ ਸਮਾਧ ਲਿਓ ਹੈ ਤਪਸਨ ਤਪ ਲਿਓ ਆਪਣ ਤੀਰਤ ਪੰਡਤ ਲੀਨ ਕਰਿਆਨ ਚਤੇਓ ਹੈ ਕਹਾ ਕਰੋ ਸਭ ਸਾਧਨ ਸਾਦਸਲੇ ਜੋ ਚਲੈ ਮਨ ਸੋਕ ਭਇਓ ਹੈ ਸੰਭਿ ਵਿਰਾਮ ਸ੍ਰੀ ਰਾਮ ਕੋ ਨਾਮ ਸੋ ਆਲਸੀ ਦਾਸ ਕੇ ਭਾਗ ਆਇਓ ਹੈ ਸੋ ਇਹ ਸੁਵਈਆ ਜਿਹੜਾ ਹੈ ਸ਼ਹੀਦ ਭਾਈ ਮਨੀ ਸਿੰਘ ਨੇ ਇੱਥੇ ਲਿਖਿਆ ਹੋਇਆ ਹੈ ਇਹਦੇ ਅਰਥ ਵੀ ਆਪ ਹੀ ਕਰਦੇ ਹਨ ਹੁਣ ਇੱਕ ਸਮੇਂ ਮਹਾਰਾਜ ਸਭ ਜੀਵ ਜਨਤਾ ਉਤਪਤ ਕੀਤੇ ਤੇ ਸਭ ਪਦਾਰਥ ਭੀ ਉਤਪਤ ਕੀਤੇ ਇੱਕ ਸਮੇਂ ਉਸ ਪਰਮਾਤਮਾ ਮਹਾਰਾਜ ਜੋ ਪਰਮਾਤਮਾ ਹੈ ਪਾਰਬੰ ਪਰਮਾਤਮਾ ਨੇ ਇਹ ਸਾਰੇ ਜੀਵ ਜੰਤ ਇਹ ਸਾਰੀ ਦੁਨੀਆ ਨੂੰ ਬਣਾ ਦਿੱਤਾ ਜਿਸ ਤਰ੍ਹਾਂ ਦੀ ਅੱਜ ਆਪਾਂ ਦੇਖਦੇ ਹਾਂ ਸਾਰੇ ਪਦਾਰਥ ਇਹਦੇ ਵਿੱਚ ਬਣਾ ਦਿੱਤੇ। ਵਚਨ ਕੀਤਾ ਜੋ ਕਿਸੇ ਨੂੰ ਲੋਚਾ ਹੋਵੇ ਸੋ ਤੁਸੀਂ ਲੇਹੋ। ਤਾਂ ਪਰਮਾਤਮਾ ਨੇ ਸਾਰਿਆਂ ਨੂੰ ਸਦਕੇ ਕਿਹਾ ਜੋ ਤੁਹਾਨੂੰ ਚਾਹੀਦਾ ਇੱਥੇ ਇੱਥੋਂ ਤੁਸੀਂ ਲੈ ਲਓ। ਤੁਹਾਨੂੰ ਖੁੱਲ ਹੈ ਜੋ ਮਰਜੀ ਲੈ ਲਓ। ਖੁੱਲ ਹੈ ਤੁਸੀਂ ਚੱਕੋ ਜੋ ਤੁਸੀਂ ਲੈਣਾ ਹੈ। ਤਾਂ ਵਖਈਆਂ ਨੇ ਤਾਂ ਰਾਜ ਭੋਗ ਤਨ ਲੀਤਾ। ਜਿਹੜੇ ਵਖਈ ਸਨ ਜਿਹੜੇ ਕਿ ਵਿਸ਼ੇ ਵਿਕਾਰਾਂ ਵਾਲੇ ਬੰਦੇ ਸਨ ਜਿਹੜੇ ਐਨਜੋਏ ਕਰਨ ਵਾਲੇ ਬੰਦੇ ਸਨ ਜਿਹੜੇ ਕਿ ਬੰਦਿਆਂ ਜਿਹੜੇ ਹਨ ਬੰਦੇ ਜਿਹੜੇ ਹਨ ਜਾਂ ਜਿਹੜੇ ਸਨ ਜਿਨ੍ਹਾਂ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਸਿਰਫ ਐਨਜੋਇਮੈਂਟ ਚਾਹੀਦਾ ਸੀ ਉਹਨਾਂ ਨੇ ਰਾਜ ਲੈ ਲਿਆ ਉਹ ਕਹਿੰਦੇ ਸਾਨੂੰ ਰਾਜ ਦੇ ਦਿਓ ਅਸੀਂ ਰਾਜੇ ਬਣਦੇ ਹਾਂ ਧਿਆਨੀ ਹੋਵਾਂਗੇ ਇੰਜੋਏ ਕਰਾਂਗੇ ਉਹਨਾਂ ਨੇ ਰਾਜ ਲੈ ਲਿਆ ਪਰ ਗਿਆਨੀਆਂ ਨੇ ਗਿਆਨ ਲੀਤਾ ਤੇ ਜਿਹੜੇ ਗਿਆਨੀ ਲੋਕ ਸਨ ਉਹਨਾਂ ਨੇ ਗਿਆਨ ਲੈ ਲਿਆ ਕਹਿੰਦੇ ਅਸੀਂ ਗਿਆਨ ਲੈ ਲੰਨੇ ਹਾਂ ਧਿਆਨੀਆਂ ਨੇ ਧਿਆਨ ਨੀਤਾ ਜਿਹੜੇ ਧਿਆਨੀ ਸਨ ਜਿਹੜੇ ਕਨਸੈਂਟਰੇਟ ਕਰਦੇ ਅਨਫੋਕਸ ਹੈ ਉਹਨਾਂ ਨੇ ਕਨਸੈਂਟਰੇਸ਼ਨ ਲੈ ਲਿਆ ਉਹਨਾਂ ਨੇ ਧਿਆਨ ਲੈ ਲਿਆ ਪਰ ਜੋਗੀਸਰਾਂ ਸਮਾਧ ਲੀਤੀ ਤੇ ਜੋਗੀਆਂ ਨੇ ਕੀ ਕੀਤਾ ਜੋਗੀਆਂ ਨੇ ਸਮਾਧੀਆਂ ਲੈ ਲਈਆਂ ਕਹਿੰਦੇ ਅਸੀਂ ਸਮਾਧਿ ਹੋ ਰਹਿਣਾ ਸਾਨੂੰ ਸਮਾਧੀਆਂ ਦੇ ਦੋ ਪਰ ਤਪਸੀਆਂ ਨੇ ਤਪ ਲੀਤਾ ਤੇ ਜਿਹੜੇ ਤਪ ਕਰਨ ਵਾਲੇ ਸਨ ਤਪਸੂਵੀ ਥਣ ਉਹਨਾਂ ਨੇ ਤਪ ਲੈ ਲਿਆ ਔਰ ਤਪ ਕਰਨ ਲੱਗੇ। ਹਰ ਤੀਰਥਵਾਸੀਆਂ ਨੇ ਤੀਰਥ ਲਈ ਤੇ ਜਿਹੜੇ ਤੀਰਥਾਂ ਦੇ ਵਾਸੀ ਸਨ ਉਹਨਾਂ ਨੇ ਤੀਰਥ ਲੈ ਲੇ। ਕਹਿੰਦੇ ਸਾਨੂੰ ਤੀਰਥ ਦੇ ਦਿਓ ਜੀ। ਹਰ ਪੰਡਤਾਂ ਨੇ ਨਿਤ ਨਮਿਤ ਕਰਮ ਲਈ ਤੇ ਜਿਹੜੇ ਪੰਡਤ ਸਨ ਉਹਨਾਂ ਨੇ ਨਿਤ ਤੇ ਨਮਿਤ ਕਰਮ ਲੈ ਲੇ। ਸੋ ਕਹਿੰਦੇ ਸਾਨੂੰ ਇਹੇ ਕਰਮ ਦੇ ਦਿਓ ਅਸੀਂ ਕਰਮ ਕਰ ਕਰਕੇ ਆਪਣਾ ਘਰ ਪੂਰਾ ਕਰੀ ਜਾਵਾਂਗੇ। ਮਹਾਰਾਜ ਨੇ ਆਪਣਾ ਨਾਮ ਰੂਪੇ ਚਿੰਤਾਮਨ ਪੁਰਾਣੇ ਵਸਤਰਾ ਨਿਮਰਤਾ ਮੈਂ ਲੇਪ ਲਪੇਟ ਕੇ ਰੱਖਿਆ ਸੀ। ਦੇਖੋ ਕਹਿੰਦੇ ਪਰਮਾਤਮਾ ਨੇ ਦੇਖਿਆ ਵੀ ਨਾਮ ਤਾਂ ਕਿਸੇ ਨੇ ਨਹੀਂ ਲਿਆ। ਹੋਰ ਤਾਂ 바કી ਸਭ ਕੁਝ ਲੈ ਗਏ ਹਾਂਜੀ ਪਰ ਨਾਮ ਨਹੀਂ ਕਿਸਨੇ ਹੱਥ ਲਾਇਆ ਇਸ ਕਰਕੇ ਦੇਖੋ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਹਿੰਦੇ ਤਾਂ ਮਹਾਰਾਜ ਨੇ ਕੀ ਕੀਤਾ ਪਰਮਾਤਮਾ ਪਾਰਬ੍ਰह्म ਨੇ ਕਹਿੰਦੇ ਉਹ ਨਾਮ ਨੂੰ ਕਹਿੰਦੇ ਇੱਕ ਚਿੰਤਾ ਨਹੀਂ ਇੱਕ ਡਾਇਮੰਡ ਸਮਝ ਲਓ ਵੀ ਨਾਮ ਇੱਕ ਡਾਇਮੰਡ ਹੈ ਕਹਿੰਦੇ ਉਹ ਨਾਮ ਰੂਪੀ ਚਿੰਤਾਮਣੀ ਚਿੰਤਾਮਣੀ ਉਹ ਹੁੰਦੀ ਆ ਜਿਹਦੇ ਕਿ ਜਿਹਦੇ ਅੱਗੇ ਕੋਈ ਵੀ ਕੋਈ ਇੱਛਾ ਕਰਦਾ ਉਹ ਪੂਰੀ ਕਰ ਦਿੰਦੀ ਉਹਨੂੰ ਚਿੰਤਾਮਣੀ ਕਹਿੰਦੇ ਹਨ ਜੋ ਐਸੀ ਮਣੀ ਹੈ ਐਸਾ ਡਾਇਮੰਡ ਐਸਾ ਜੁਵਲ ਹੈ ਜੋ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ ਸੋ ਕਹਿੰਦੇ ਉਹ ਨਾਮ ਰੂਪੀ ਚਿੰਤਾਮਣੀ ਨੂੰ ਪਰਮਾਤਮਾ ਨੇ ਇੱਕ ਪੁਰਾਣੇ ਜੇ ਕੱਪੜੇ ਵਿੱਚ ਬਣ ਕੇ ਹਾਂਜੀ ਪੁਰਾਣਾ ਜਾਂ ਕਪੜਾ ਜਿਹੜਾ ਕਿ ਜਿਹੜਾ ਹੈ ਬਹੁਤ ਪੁਰਾਣਾ ਕਪੜਾ ਯੂਸਲੈਸ ਕਪੜਾ ਉਹਦੇ ਵਿੱਚ ਬਣ ਕੇ ਤੇ ਉਹਨੂੰ ਲਪੇਟ ਕੇ ਆਪਣੇ ਕੋਲ ਰੱਖ ਲਿਆ ਵੀ ਇਹ ਤਾਂ ਕਿਸ ਨੇ ਨਹੀਂ ਲਿਆ ਤੇ ਪੁਰਾਣੇ ਕੱਪੜੇ ਆਮਚਲ ਪੇਟ ਕੇ ਰੱਖ ਲਿਆ ਸੋ ਮਹਾਰਾਜ ਦੇ ਭਗਤਾਂ ਜੋ ਚਰਨਾਂ ਦਾ ਧਿਆਨ ਕੀਤਾ ਮਹਾਰਾਜ ਦਾ ਨਾਮ ਲੀਤਾ ਦੇਖੋ ਹੁਣ ਉਹ ਪੁਰਾਣਾ ਕੱਪੜਾ ਕਿਉਂ ਲਿਆ ਸੀ ਨਿਮਰਤਾ ਹੰਬਲਨਸ ਸ਼ੋਹ ਕਹਿੰਦੇ ਫੇ ਜਦੋਂ ਉਹਨਾਂ ਦੇ ਭਗਤਾ ਨੇ ਪਰਮਾਤਮਾ ਦੀ ਭਗਤੀ ਕੀਤੀ ਨਿਮਰਤਾ ਰੱਖੀ ਆਪਣੇ ਆਪ ਨੂੰ ਨਿਸ਼ਾਵਰ ਕੀਤਾ ਤਾਂ ਉਹਨਾਂ ਨੂੰ ਨਾਮ ਮਿਲਿਆ ਜਿਹੜਾ ਪੁਰਾਣੇ ਕੱਪੜੇ ਚ ਨਿਮਰਤਾ ਰੂਪੀ ਪੁਰਾਣੇ ਕੱਪੜੇ ਚ ਬਣਿਆ ਹੋਇਆ ਸੀਗਾ ਉਹ ਚਿੰਤਾਮਣੀ ਜਿਹੜਾ ਨਾਮ ਸੀ ਉਹ ਸਿਰਫ ਪਰਮਾਤਮਾ ਨੇ ਆਪਣੇ ਭਗਤਾ ਨੂੰ ਹੀ ਦਿੱਤਾ ਉਹ ਖਾਸ ਭਗਤਾ ਨੂੰ ਦਿੱਤਾ ਹੋਰਾਂ ਨੂੰ ਤਾਂ ਚੀਜ਼ਾਂ ਦੇ ਦਿੱਤੀਆਂ ਜੋ ਦੇਣੀਆਂ ਸੀ ਇਸ ਕਰਕੇ ਮਾਰਾ ਕਹਿੰਦੇ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਕਹਿੰਦੇ ਦੇਖੋ ਜੋ ਆਪਾਂ ਕਰਮ ਕਰਦੇ ਆਂ ਪਰ ਤੋਂ ਵਧਿਆ ਤੋਂ ਵਧਿਆ ਸਰੀਰ ਮਿਲ ਸਕਦੇ ਨੇ ਕਰਮਾਂ ਕਰਕੇ ਆਪਾਂ ਅਗਲੇ ਜਨਮ ਚ ਰਾਜੇ ਬਣ ਸਕਦੇ ਹਾਂ ਮਹਾਰਾਜੇ ਬਣ ਸਕਦੇ ਹਾਂ ਜੋ ਮਰਜੀ ਬਣ ਜਾਓ ਨੋ ਪ੍ਰੋਬਲਮ ਸਭ ਕੁਝ ਤੁਹਾਡੇ ਹੱਥ ਵਿੱਚ ਦੁਨੀਆ ਦਾ ਪਾਵਰ ਤੁਹਾਡੇ ਹੱਥ ਵਿੱਚ ਹੋਊਗਾ ਕੋਈ ਪ੍ਰੋਬਲਮ ਨਹੀਂ ਕਰਮਾਂ ਕਰਕੇ ਮਿਲ ਸਕਦਾ ਹੈ ਨਦਰੀ ਮੋਖ ਦਵਾਰ ਜੇ ਨਦਰੀ ਜਿਹੜੀ ਹੈ ਪਰ ਪ੍ਰਮਾਤਮਾ ਦੀ ਕਿਰਪਾ ਕਰਕੇ ਫੇਰੇ ਮੁਕਤੀ ਮਿਲਦੀ ਆ ਨਹੀਂ ਤਾਂ ਮੁਕਤੀ ਨਹੀਂ ਮਿਲਦੀ ਇੱਕ ਜਿਹੜੀ ਕਿਰਪਾ ਹੈ ਇਹ ਕਰਕੇ ਮਹਾਰਾਜ ਨੇ ਗੁਰਪ੍ਰਸਾਦ ਕੀਤਾ ਹੈ ਗੁਰੂ ਦੀ ਕਿਰਪਾ ਦੀ ਲੋੜ ਹੈ ਜਦੋਂ ਗੁਰੂ ਕਿਰਪਾ ਕਰਕੇ ਨਾਮ ਦੀ ਬਖਸ਼ਿਸ਼ ਕਰਦਾ ਹੈ ਤੇ ਨਾਮ ਦੇ ਦੇ ਵਿੱਚ ਜਿਹੜਾ ਹੈ ਨਿਸ਼ਚੇ ਨੂੰ ਜੋੜਦਾ ਹੈ ਤਾਂ ਗੁਰਸਿੱਖ ਨਾਮ ਜਪ ਕੇ ਉਹ ਪਰਮਾਤਮਾ ਦੇ ਨਾਮ ਦੇ ਪ੍ਰਤਾਪ ਕਰਕੇ ਉਹਦੀ ਭਗਤੀ ਕਰਕੇ ਫਿਰ ਉਹਨੂੰ ਜਿਹੜੀ ਮੁਕਤੀ ਮਿਲਦੀ ਹੈ ਸੋ ਇੱਥੇ ਮਹਾਰਾਜ ਨੇ ਦੇਖੋ ਕਿੰਨਾ ਸੋਹਣਾ ਐ ਐਗਜ਼ਾਮਪਲ ਪਾਈ ਬਨੀ ਸਿੰਘ ਜੀ ਨੇ ਲਿਖਿਆ ਹੈ ਕਹਿੰਦੇ ਦੇਖੋ ਉਹ ਜਿਹੜਾ ਪੁਰਾਣੇ ਕਪੜੇ ਰੂਪੀ ਨਿਮਰਤਾ ਚ ਬਣਿਆ ਹੋਇਆ ਨਾਮ ਪ੍ਰਮਾਤਮਾ ਨੇ ਫਿਰ ਆਪਣੇ ਭਗਤਾਂ ਨੂੰ ਦਿੱਤਾ ਤਾਂ ਨਾਮ ਬੋਲਿਆ ਜੇ ਕਹੋ ਤਾਂ ਸਭੇ ਪਦਾਰਥ ਤੇ ਤੁਸਾਂ ਨੂੰ ਪ੍ਰਾਪਤ ਕਰ ਦੇਵਾਂ ਦੇਖੋ ਜਦੋਂ ਉਹ ਪਜਰਾ ਹੈਨ ਭਗਤੀ ਕਰਕੇ ਨਾਮ ਰੂਪੀ ਚਿੰਤਾਮਣੀ ਜਦੋਂ ਪ੍ਰਾਪਤ ਹੋਈ ਨਾ ਭਗਤਾਂ ਨੂੰ ਤਾਂ ਇਹ ਚਿੰਤਾਮਣੀ ਕਹਿੰਦੀ ਹੈ ਨਾਮ ਰੂਪੀ ਚਿੰਤਾਮਣੀ हे ਭਗਤ ਦੱਸ ਮੈਨੂੰ ਕੀ ਦਵਾਂ ਮੈਂ ਤੁਹਾਨੂੰ ਸਭ ਕੁਝ ਦੇ ਸਕਦੀ ਹਾਂ ਕਿ ਜਿਹੜਾ ਹੈ ساری ਦੁਨੀਆ ਮੈਂ ਤੁਹਾਨੂੰ ਦੇ ਸਕਦੀ ਹਾਂ ਤਾਂ ਜਦੋਂ ਇਹ ਕਿਹਾ ਕਹੋ ਤਾਂ ਮਹਾਰਾਜ ਤੁਹਾਨੂੰ ਪ੍ਰਾਪਤ ਕਰ ਦੇਵਾਂ ਤਾਂ ਤੁਹਾਨੂੰ ਮਹਾਰਾਜ ਪ੍ਰਾਪਤ ਕਰ ਦੇਵਾਂ ਉਹ ਚਿੰਤਾਮਣੀ ਕਹਿੰਦੀ ਮੈਂ ਤੁਹਾਨੂੰ ਰੱਬ ਦੇ ਦੇਵਾਂ ਕੀ ਦੇਵਾਂ ਮੈਂ ਤੁਹਾਨੂੰ ਤਾਂ ਉਹਨਾਂ ਕਹਿਆ ਸਾਡਾ ਮਹਾਰਾਜ ਹੋਵੇ ਤਾਂ ਉਹਨਾਂ ਨੇ ਕਿਹਾ ਨਹੀਂ ਸਾਡਾ ਮਹਾਰਾਜ ਹੋਵੇ ਕਹਿੰਦੇ ਅਸੀਂ ਭਗਤ ਹਾਂ ਤੇ ਉਹਦੀ ਭਗਤੀ ਕਰਨੀ ਹੈ ਅਸੀਂ ਨਹੀਂ ਮਹਾਰਾਜ ਬਣਨਾ ਅਸੀਂ ਤਾਂ ਉਹਦੇ ਭਗਤ ਹਾਂ ਭਾਵਨਾ ਇਹ ਰੱਖਣੀ ਹੈ ਕਿ ਉਹ ਮਾਲਕ ਹੈ ਮੈਂ ਉਹਦਾ ਭਗਤ ਹਾਂ ਉਹਦੀ ਭਗਤੀ ਕਰਦੇ ਆ ਕਰਦੇ ਆ ਰੀਅਲਾਈਜੇਸ਼ਨ ਮਹਾਰਾਜ ਤਾਂ ਆਪਣੇ ਆਪ ਲਾ ਲੈਂਦੇ ਨੇ ਪਰ ਫਿਰ ਵੀ ਭਗਤ ਆਪਣੀ ਨਿਮਰਤਾ ਵਿੱਚ ਰਹਿੰਦੇ ਨੇ ਦੇਖੋ ਜਿਵੇਂ ਭਾਈ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਨਾ ਜਿਹੜਾ ਹੈ ਭਾਈ ਗੁਰਦਾਸ ਤੇ ਹੋਰ ਸਿੱਖਾਂ ਨੇ ਕਹਿੰਦੇ ਤੂੰ ਤਾਂ ਮਹਾਰਾਜ ਦੇ ਸਰੂਪ ਇੱਕ ਹੋ ਗਿਆ ਹੁਣ ਤੂੰ ਜਿਹੜਾ ਹੈ ਨਿਤਨੁ ਨਿਤਨੇਮ ਕਾਂਦੀ ਕੀ ਲੋੜ ਹੈ ਤੂੰ ਕਿਉਂ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਭਾਈ ਬਾਬਾ ਬੁੱਢਾ ਜੀ ਕਹਿੰਦੇ ਭਾਈ ਸੁਣੋ ਕਹਿੰਦੇ ਜਿੰਨਾ ਆਨੰਦ ਗੁਰੂ ਦੀ ਸਿੱਖੀ ਵਿੱਚ ਹੈ ਨਾ ਜਿੰਨਾ ਖੁਸ਼ੀ ਸਾਨੂੰ ਗੁਰੂ ਦੇ ਹੁਕਮ ਨੂੰ ਪਾਲਣ ਕਰਕੇ ਮਿਲਦੀ ਆ ਨਾ ਕਹਿੰਦੇ ਉੰਨੀ ਖੁਸ਼ੀ ਹੋਰ ਕਿਸੇ ਵਿੱਚ ਨਹੀਂ ਭਾਵੇਂ ਜਿਹੜਾ ਹੈ ਅਸੀਂ ਇੱਕ ਮਕਹਾ ਗੁਰੂ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪਰ ਗੁਰੂ ਦਾ ਹੁਕਮ ਮੰਨਣ ਵਿੱਚ ਜਿਹੜਾ ਆਨੰਦ ਹੈ ਨਾ ਉਹ ਤਾਂ ਉਹੀ ਹੈ ਸੋ ਇਸ ਕਰਕੇ ਉਹ ਸਿਰਫ ਸਿੱਖੀ ਮੰਗਦੇ ਹਨ ਉਹ ਸਿਰਫ ਗੁਰੂ ਮਹਾਰਾਜ ਦੀ ਖੁਸ਼ੀ ਮੰਗਦੇ ਹਨ ਤਾਂ ਨਾਮ ਨੇ ਕਹਿਆ ਜੋ ਗਰੀਬੀ ਰਖਣੀ ਮਹਾਰਾਜ ਦੇ ਸਰੂਪ ਨੂੰ ਪ੍ਰਾਪਤ ਹੋਵੇਗੇ ਹਾਂ ਕਹਿੰਦੇ ਤਾਂ ਫਿਰ ਨਾਮ ਨੇ ਕਹਿਆ ਭਗਤ ਕਹਿੰਦਾ ਹੈ ਮੈਨੂੰ ਨਿਮਰਤਾ 'ਚ ਰੱਖ ਮੈਨੂੰ ਹੰਕਾਰ ਨਾ ਹੋ ਜਾਵੇ ਇਸ ਕਰਕੇ ਮੈਨੂੰ ਗਰੀਬੀ 'ਚ ਰੱਖ ਮੈਂ ਗਰੀਬੀ 'ਚ ਰਹਿ ਕੇ ਮੈਂ ਪ੍ਰਮਾਤਮਾ ਦੀ ਭਗਤੀ ਕਰੀ ਜਾਵਾਂਗਾ ਰਾਜਾ ਹੋਵਾਂਗਾ ਲੋਕੀ ਛੜੀ ਜਾਣਗੇ ਸੋ ਕਹਿੰਦੇ ਤਾਂ ਨਾਮ ਨੇ કહਿਆ ਜੋ ਗਰੀਬੀ ਰਖਣੀ ਮਹਾਰਾਜ ਦੇ ਸਰੂਪ ਨੂੰ ਪ੍ਰਾਪਤ ਹੋਵੇਗੀ ਜੋ ਗਰੀਬੀ ਰਖਣੀ ਹੈ ਸੋ ਉਹੀ ਮਹਾਰਾਜ ਦੇ ਪ੍ਰਾਪਤੀ ਨੂੰ ਕਰਾਉਣ ਵਾਲੀ ਹੈ ਉਹੀ ਮਹਾਰਾਜ ਦੇ ਵਿੱਚ ਲੀਨ ਹੋਣ ਵਾਲੀ ਹੈ ਗਰੀਬੀ ਦਾ ਭਾਵ ਇੱਥੇ ਇਹ ਵੀ ਨਿਮਰਤਾ ਜਰੀ ਹੈ ਨਿਮਰਤਾ ਰੱਖਣੀ ਹੈ ਸੋ ਇਹ ਉਪਦੇਸ਼ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੇਖੋ ਕਿੰਨਾ ਸੋਹਣਾ ਦਿੱਤਾ ਤੇ ਸਵਾਲ ਦਾ ਜਿਹੜਾ ਜਵਾਬ ਉਹਨੂੰ ਦਿੱਤਾ ਜੋ ਭਾਈ ਭਾਨੂੰ ਜੀ ਨੇ ਕਹਿੰਦੇ ਵੀ ਲੋਕ ਤਾਂ ਕਹਿੰਦੇ ਹਨ ਹਾਂਜੀ ਜੇ ਜਿਹੜਾ ਹੈ ਵੀ ਐਸਾ ਜਿਹੜਾ ਜੇ ਸਾਰਾ ਸੰਸਾਰ ਹੈ ਹਰ ਇੱਕ ਚੀਜ਼ ਨੂੰ ਮੰਨਦੇ ਹਨ ਪਰ ਤੁਸੀਂ ਨਾਮ ਨੂੰ ਹੀ ਕਿਹਾ ਹੈ ਕਹਿੰਦੇ ਫੇ ਨਾਮ ਕਿਉਂ ਵੱਡਾ ਹੈ ਦੇਖੋ ਮਹਾਰਾਜ ਨੇ ਕਿੰਨੇ ਐਗਜ਼ਾਮਪਲ ਦੇ ਕੇ ਸਮਝਾਇਆ ਸੋ ਮਹਾਰਾਜ ਕਿਰਪਾ ਕਰੇ ਆਪਾਂ ਨੂੰ ਸ਼ੁਮਤ ਮਿਲੇ ਰਾਜ ਮਹਿਲ ਭਾਨੂੰ ਬਹਿਲ ਭਾਉ ਭਗਤ ਗੁਰਮਤ ਮੰਨ ਪਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ